ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ 'ਤੇ। ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਟਾਈਮ ਹੋ ਗਿਆ ਸ਼ਾਇਦ 1 ਵੱਜ ਗਿਆ ਹੋਣਾ, ਮੈਂ ਦੇਖਿਆ ਵੀ ਨਹੀਂ। ਹਾਂ, 1 ਵੱਜ ਗਿਆ ਪੂਰਾ। ਅਤੇ 1 ਵਜੇ ਦਾ ਟਾਈਮ ਆ ਅਤੇ ਖੇਤ ਦੇ ਵਿੱਚ ਲੱਗ ਰਿਹਾ ਝੋਨਾ। ਅੱਜ ਲਾਸਟ ਡੇ ਆ ਉਹਨਾਂ ਦਾ ਝੋਨਾ ਲਾਉਣ ਦਾ। ਅਤੇ ਮੈਨੂੰ ਹੁਣੇ ਹੁਣੇ ਸੁਨੇਹਾ ਆਇਆ ਬਈ ਨਾਲੇ ਤਾਂ ਭਾਈ ਸਾਡੀ ਵੀਡੀਓ ਬਣਾ ਲਓ। ਉਹਨਾਂ ਨੇ ਕਿਹਾ ਦੀਦੀ ਆ ਕਰ ਹਮਾਰੀ ਵੀਡੀਓ ਬਣਾ ਲਓ ਔਰ ਹਮਾਰੇ ਲਈ ਚਾਏ ਬਣਾ ਕੇ ਲੈ ਕੇ ਆਉਣਾ। ਐਸੇ ਬੋਲਾ ਉਹਨਾਂ ਨੇ ਇੱਦਾਂ ਬੋਲਿਆ। ਅਤੇ ਵਧੀਆ ਲੱਗਦਾ ਹੈ, ਹੈ ਨਾ, ਜਦੋਂ ਕੋਈ ਕਹਿੰਦਾ ਵੀ ਸਾਡੀ ਆ ਕੇ ਵੀਡੀਓ ਬਣਾ। ਨਹੀਂ ਤਾਂ ਲੋਕ ਹੱਥ 'ਚ ਫੜਿਆ ਫੋਨ ਦੇਖ ਕੇ ਮੇਰੇ ਤੋਂ ਦੂਰ ਭੱਜ ਜਾਂਦੇ ਆ, ਡਰਦੇ ਆ ਵੀ ਕਿਤੇ ਸਾਡੀ ਵੀਡੀਓ ਕਲਿੱਪ ਨਾ ਲੈ ਲੇ। ਉਹ ਵਾਧੂ ਭੁਲੇਖਾ ਉਹਨਾਂ ਨੂੰ, ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾਉਂਦੀ, ਮੈਂ ਆਪਣੀਆਂ ਬਣਾਉਂਦੀ ਹੁੰਦੀ ਹਾਂ। ਅਤੇ ਜਿਹੜਾ ਕੋਈ ਮੈਨੂੰ ਪਿਆਰ ਨਾਲ ਕਹਿ ਦੇਵੇ ਵੀ ਮੈਂ ਸਾਡੀ ਵੀਡੀਓ ਬਣਾ ਲਵਾਂ, ਉਹਨਾਂ ਦੀ ਵੀਡੀਓ ਬਣਾਉਣੀ ਹੁੰਦੀ ਹੈ। ਅਤੇ ਚਲੋ ਜੀ, ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ। ਅਤੇ ਜੇਕਰ ਤੁਸੀਂ ਵੀਡੀਓ 'ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਮੇਰੀ ਰਿਕੁਐਸਟ ਆ, ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ। ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਅਤੇ ਤੁਸੀਂ ਸਭ ਤੋਂ ਪਹਿਲਾਂ ਵਾਚ ਕਰੋ। ਅਤੇ ਤੁਸੀਂ ਵੀਡੀਓ ਨੂੰ ਹੁਣ ਫੁੱਲ ਵਾਚ ਕਰਿਓ ਅਤੇ ਲਾਈਕ ਜ਼ਰੂਰ ਕਰਿਓ ਅਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਓ। ਅਤੇ ਮੇਰੇ ਕਰਕੇ ਨਾ ਕਮੈਂਟਸ ਕਰਨਾ ਹੋਇਆ, ਲਾਈਕ ਕਰਨਾ ਹੋਇਆ ਤਾਂ ਉਹਨਾਂ ਮਜ਼ਦੂਰਾਂ ਕਰਕੇ ਜ਼ਰੂਰ ਲਾਈਕ ਆ ਸ਼ੇਅਰ ਜ਼ਰੂਰ ਕਰ ਦਿਓ। ਅਤੇ ਚਲੋ ਜੀ, ਆਪਾਂ ਚਾਹ ਲੈ ਕੇ ਚੱਲਦੇ। ਮੈਂ ਉਹਨਾਂ ਨੂੰ ਪੁੱਛਣਾ ਵੀ ਭੁੱਲ ਗਈ ਵੀ ਨਾਲ ਬੱਚੇ ਵੀ ਆ ਅਤੇ ਬੱਚਿਆਂ ਨੂੰ ਆਪਾਂ ਖਾਣ ਬਿਸਕਿਟ ਦੇ ਦਿੰਦੇ, ਹੈ ਨਾ। ਕੋਈ ਗੱਲ ਨਹੀਂ, ਮੇਰੇ ਕੋਲ ਆ ਜਾਂਦੇ। ਕੱਲ੍ਹ ਪਰਸੋਂ ਸ਼ਾਮ ਨੂੰ ਵੀ ਆਏ ਸੀਗੇ, ਜਾਮਣਾ ਖਾਂਦੇ ਰਹਿੰਦੇ ਆਪਣੇ ਇੱਥੇ ਜਾਮਣਾ ਨੇ ਨਾਲੇ। ਜੇ ਹੁਣ ਉਹ ਮੁੰਡਾ ਹੋਇਆ ਉਹਨਾਂ ਦਾ ਛੋਟਾ ਜਿਹਾ, ਉੱਤੇ ਚੜ ਜਾਂਦਾ ਉਹ ਜਾਮਣਾ ਦੇ, ਜਾਮਣ ਦੇ ਦਰਖਤ ਦੇ ਉੱਪਰ ਚੜ ਜਾਂਦਾ ਆ। ਅਤੇ ਆਪਾਂ ਉਹਦੇ ਕੋਲ ਜਾਮਣਾ ਵੀ ਤੜਵਾ ਲਾਂਗੇ, ਆਪਾਂ ਵੀ ਖਾ ਲਾਂਗੇ, ਨਹੀਂ ਤਾਂ ਬਹੁਤ ਉੱਚੀਆਂ ਲੱਗੀਆਂ ਹੋਈਆਂ ਨੇ, ਟੁੱਟਦੀਆਂ ਨੇਗੀਆਂ। ਚਲੋ ਜੀ, ਜੁੜੇ ਰਹੋ ਵਲੌਗ ਦੇ ਨਾਲ ਹੁਣ ਐਂਡ ਤੱਕ। ਦੇਖਦੇ ਹਾਂ ਤੁਹਾਡੇ ਨਾਲ ਕੀ ਸ਼ੇਅਰ ਕਰਦੇ ਹਾਂ। ਉਹਨਾਂ ਦੀ ਵੀਡੀਓ ਬਣਾਉਂਦੇ ਹਾਂ ਚੱਲ ਕੇ, ਅਤੇ ਚਾਹ ਪਾ ਲਵਾਂ ਮੈਂ ਕੈਨੀ ਦੇ ਵਿੱਚ ਅਤੇ ਫਿਰ ਚੱਲਦੇ ਹਾਂ ਆਪਾਂ, ਠੀਕ ਹੈ ਜੀ। ਆ ਜਾਓ, ਲਓ ਜੀ ਚਾਹ ਬਣਾ ਤੀ। ਚਾਹ ਬਣਾ ਕੇ ਮੈਂ ਸੂਟ ਪਾਉਣ ਲੱਗ ਗਈ ਸੀ। ਪਹਿਲਾਂ ਤੁਹਾਨੂੰ ਪਤਾ ਗਰਮੀ ਬਹੁਤ ਆ, ਆਪਾਂ ਟੀ ਸ਼ਰਟ ਪਾ ਕੇ ਫਿਰਦੇ ਸੀ। ਮੇਰਾ ਨਾ ਥੋੜ੍ਹਾ ਥੋੜ੍ਹਾ ਸਿਰ ਦਰਦ ਕਰਦਾ ਸੀ ਅਤੇ ਹੁਣ ਮੈਂ ਗੋਲੀ ਖਾਧੀ ਆ ਅਤੇ ਉਹਦੇ ਨਾਲ ਫਰਕ ਜਿਹਾ। ਮੈਂ ਇਹਨਾਂ ਨੂੰ ਕਿਹਾ ਤੁਸੀਂ ਨਾਲ ਚੱਲਿਓ, ਉੱਥੇ ਵੀਡੀਓ ਬਣਾ ਕੇ ਲੈ ਕੇ ਆਇਓ ਸਾਡੀ। ਅਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਖੇਤੀ ਕਰਦੇ ਆ, ਮੇਰੀ ਉਹਨਾਂ ਨੂੰ ਰਿਕੁਐਸਟ ਆ ਵੀ ਮਜ਼ਦੂਰਾਂ ਨੂੰ ਚਾਹ ਵਧੀਆ ਬਣਾ ਕੇ ਦਿਆ ਕਰੋ, ਐਵੇਂ ਤੱਤਾ ਪਾਣੀ ਜਿਹਾ ਨਾ ਘੋਲ ਕੇ ਦਿਆ ਕਰੋ। ਉਹਨਾਂ ਨੇ ਆਪਣੇ ਰੋਜ਼ ਰੋਜ਼ ਨਹੀਂ ਚਾਹ ਪੀਣੀ ਹੁੰਦੀਗੀ, ਠੀਕ ਆ ਜੀ। ਵਧੀਆ ਇੱਦਾਂ ਦੀ ਚਾਹ ਬਣਾ ਕੇ ਦਿਆ ਕਰੋ, ਨਹੀਂ ਤਾਂ ਲੋਕ ਕੈਨੀਆਂ ਦੀਆਂ ਕੈਨੀਆਂ ਭਰ ਕੇ ਲੈ ਕੇ ਆਉਂਦੇ ਆ ਤੱਤੇ ਪਾਣੀ ਜਿਹੇ ਦੀਆਂ, ਉਹ ਪੀਂਦੇ ਨੀਗੇ, ਡੋਲ ਦਿੰਦੇ ਆ। ਜਿਹੜਾ ਤੁਹਾਡਾ ਅੱਧ ਪਾਇਆ ਦੁੱਧ ਪਾਇਆ ਹੁੰਦਾ ਨਾ ਵਿੱਚ, ਉਹ ਵੀ ਬਰਬਾਦ ਜਾਂਦਾ ਆ, ਕੁਛ ਨਹੀਂ ਜਾਂਦਾ ਹੈਗਾ। ਮੈਂ ਦੇਖ ਲਓ ਜਿੱਥੇ ਤੱਕ ਜੱਗ ਨੂੰ ਦੁੱਧ ਲੱਗਿਆ ਨਾ, ਇੱਥੇ ਤੱਕ ਲੱਗਿਆ ਹੋਇਆ, ਉੱਥੇ ਤੱਕ ਦੁੱਧ ਪਾਇਆ ਇਹਦੇ ਵਿੱਚ, ਅੱਧਾ ਪਾਣੀ ਜਾਣ ਕੇ ਅੱਧਾ ਦੁੱਧ ਪਾਇਆ। ਬਹੁਤ ਟੇਸਟੀ ਚਾਹ ਬਣੀ ਆ ਅਤੇ ਮੈਂ ਟੇਸਟ ਕੀਤੀ ਆ। ਹਾਂਜੀ, ਨਾ ਆਏ ਬੱਚੇ ਆਏ ਹੋਏ ਨੇ, ਸਾਰੇ ਅੰਡੇ ਦਿੰਦੇ ਆ। ਲੈ ਵੀ ਉਹ ਬਿਸਕੁਟ ਮੰਗਦੇ ਸੀ ਮੇਰੇ ਕੋਲ, ਇੰਨੇ ਕੇ ਬਿਸਕੁਟ ਨੇ, ਇਹ ਵੀ ਤਾਂ ਵੱਜ ਗਏ ਸੀ। ਹਜ਼ਾਰ ਨੇ ਬਿਲਕੁਲ ਨਹੀਂ ਖਾਧੇ ਹੈਗੇ, ਉਹਨੂੰ ਖੰਘ ਹੋਈ ਕਰਕੇ ਮੈਂ ਦਿੱਤੇ ਵੀ ਨੀਗੇ ਅਤੇ ਉਹਨੇ ਖਾਧੇ ਵੀ ਨੀਗੇ। ਅਤੇ ਆ ਜਾਓ ਬਈ ਤੁਸੀਂ ਵੀ, ਯੂ ਆਰ ਰੈਡੀ। ਹਜ਼ਾਰ ਦੇ ਡੈਡੀ ਆਹ ਕੀ ਹੁੰਦਾ ਵੀਡੀਓ ਤੇ ਬੈਕ ਕੈਮਰੇ ਨਾਲ ਮੈਨੂੰ ਆਹ ਵਾਲੇ ਫੋਨ 'ਚ ਵੀਡੀਓ ਨਹੀਂ ਬਣਾਉਣੀ ਆਉਂਦੀ। ਨਹੀਂ ਇਹ ਚਿੱਟੀ ਦਾੜੀ ਵੀ ਦਿਖਾਉਣਾ, ਚੱਲ ਹੁਣ ਕਹਿੰਦੇ ਚੱਲ।
ਚੱਲ ਮੈਂ ਕਿੱਥੇ ਚੱਲਾਂ, ਮੈਂ ਤਾਂ ਇੱਥੇ ਰਹਿਣਾ। ਫਿਰ ਤੁਸੀਂ ਉਦੋਂ ਹੀ ਰੰਗੋਗੇ ਜਦੋਂ ਤੁਹਾਨੂੰ ਅੰਕਲ ਕਹਿਣਗੇ। ਮੈਨੂੰ ਕਹਿੰਦੇ ਰਹਿੰਦੇ ਆਪ ਸੱਟ ਅੱਜ ਕੇ ਰਹਿੰਦੀ ਆ, ਘਰ ਵਾਲੇ ਦੀ ਦਾੜੀ ਚਿੱਟੀ। ਹੁਣ ਮੈਂ ਕੀ ਕਰਾਂ ਭਾਈ, ਘਰ ਵਾਲੇ ਦੀ ਦਾੜੀ ਹੈਗੀ ਆ ਤਾਂ ਚਿੱਟੀ ਆ, ਜੇ ਘਰ ਵਾਲੇ ਦੀ ਦਾੜੀ ਹੁੰਦੀ ਆ ਤਾਂ ਹੀ ਘਰ ਵਾਲਾ ਹੁੰਦਾ। ਗਲਾਸ ਧੋਣੇ ਧੁੱਪ ਦਾ ਚਮਕਾਰਾ ਜੀ। ਨਿਆਣੇ ਦੇ ਦੇ ਤੂੰ। ਦੂਜਾ ਕਿੱਥੇ ਗਿਆ, ਦੂਜਾ ਬੱਚਾ? ਅੱਛਾ ਦੁਕਾਨ ਤੇ ਗਿਆ। ਖਾ ਲੋ ਲੈ, ਬਣਾ ਲੋ। ਦੇਖੋ ਕੌਣ ਸਾ ਫੋਨ ਹੈ, ਆਓ ਐਪਲ, ਐਪਲ ਵਾਲਾ ਫੋਨ ਆ ਗਿਆ ਮੇਰੇ ਪਾਸ, ਐਪਲ ਵਾਲਾ। ਐ ਛੋਟੂ ਚਾਹ ਪੀਏਗਾ, ਬੋਲ ਦੇ, ਸਮਾਈਲ ਕਰਦਾ ਅੱਜ ਤਾਂ ਹੱਸਦਾ ਆ, ਸ਼ੁਕਰ ਆ। ਹਾਂ ਗੱਲ ਤਾਂ ਸਹੀ ਆ, ਖੁਸ਼ੀ ਮਨਾਓ ਨਾ ਅੱਜ। ਹਾਂ ਖਾਏਂਗੇ ਪੀਏਂਗੇ ਨਾਚੇਂਗੇ ਐਸ਼ ਕਰੇਂਗੇ, ਹੋਰ ਕਿਆ। ਪੰਜਾਬੀ ਗਾਣੇ ਪਰ ਡਾਂਸ ਕਰੋ ਅੱਜ, ਹਮ ਵੀ ਆਪਕੇ ਸਾਥ ਵੀਡੀਓ ਬਣਾਏਂਗੇ, ਆ ਜਾਓ ਸਭੀ ਮਿਲ ਕਰ ਵੀਡੀਓ ਬਣਾਏਂਗੇ। ਦੇਖ ਆਪ ਜਬ ਜੋਨਾ ਲਗਾ ਕਰ ਫ੍ਰੀ ਹੋ ਜਾਓਗੇ ਨਾ ਸਾਰਾ, ਫਿਰ ਸਾਰੀ ਵੀਡੀਓ ਦੇਖਣਾ, ਠੀਕ ਹੈ? ਦੇਖੋਗੇ, ਸੁੰਦਰ ਲੱਗ ਰਹੀ ਹੋ। ਇੱਧਰ ਦੇਖੋ ਮੇਰੇ ਸਾਥ ਫੋਟੋ ਖਿੱਚ ਲਓ, ਫਿਰ ਆਪਣੇ ਦੇਸ਼ ਜਾ ਕਰ ਯਾਦ ਕਰਨਾ ਦੀਦੀ ਕੋ। ਇਹਨੂੰ ਲੱਗਿਆ ਡਾਂਸ ਕਰੋ, ਇਹ ਡਾਂਸ ਕਰਾਊ ਅੱਜ ਇਹਨਾਂ ਸਾਰੀਆਂ ਤੋਂ। ਕੌਣ ਵੱਧ ਡਾਂਸ ਕਰਦੀ ਆ ਇਹਨੂੰ ਪਤਾ, ਇਹ ਕਰਦੀ ਅੱਛੇ ਸੇ ਡਾਂਸ ਕਰਨਾ। ਬੋਲ ਬੋਲ ਦੋ, ਲਾਈਕ ਕਰ ਦੋ, ਸ਼ੇਅਰ ਕਰ ਦੋ, ਲਾਈਕ ਕਰ ਦੋ ਜ਼ਿਆਦਾ ਸੇ ਜ਼ਿਆਦਾ। ਨਦੀ ਆ ਕੇ ਪਾਰ ਚਲੋ, ਚਲੇਂਗੇ ਨਾ ਆਪ, ਆ ਜਾਓ। ਅੱਛਾ ਗਾਣਾ ਗਾਤੀ, ਦੇਖ ਲਓ ਇਹ ਵੀ ਬੰਦੇ ਬਹੁਤ ਵਧੀਆ ਹੁੰਦੇ ਨੇ, ਇਹਨਾਂ ਨਾਲ ਮਿਲ ਜੁਲ ਕੇ ਰਿਹਾ ਕਰੋ, ਮੈਨੂੰ ਤਾਂ ਬਹੁਤ ਪਿਆਰ ਕਰਦੇ ਆ। ਪਾਣੀ ਕਿੰਨਾ ਦੇ, ਕੌਣ ਸੀ ਨਦੀ ਕੇ ਪਾਰ ਜਾਣਾ ਹੈ, ਆਪ ਬੋਲੋ। ਨਦੀ ਪਾਰ ਕਰਕੇ ਤਾਂ ਆ ਗਈ, ਖਾਲਾ ਬਿਸਕੁਟ ਕੱਟਿਆ ਤੇ ਕਢਾਉਣਾ ਸੀਗਾ ਨਵਾਂ। ਬਈ ਤੁਸੀਂ ਸਵੇਰੇ ਬੋਲਦੇ ਵੀ ਬਿਸਕੁਟ ਲਿਆ ਕੇ ਰੱਖੋ, ਇਹ ਬੋਲਾ ਤਾਂ ਇੱਥੇ ਬੋਲਿਆ ਸੀ, ਫਿਰ ਤੁਸੀਂ ਲੈ ਕੇ ਆਉਂਦੇ। ਹਾਂ ਫਿਰ ਇਹ ਲੈ ਕੇ ਨਹੀਂ ਆਏ, ਗਲਤੀ ਇਹਨਾਂ ਦੀ ਆ, ਮੇਰੀ ਥੋੜੀ ਆ। ਖਾ ਦਾਂਗੇ ਫਿਰ, ਕਿਹੜਾ ਜਾਣਾ, ਇੱਥੇ ਹੀ ਹਾਲ ਹੈ, ਫਿਰ ਜਦੋਂ ਜਾਣਾ ਨਾ ਮੈਨੂੰ ਮਿਲ ਕੇ ਜਾਇਓ, ਠੀਕ ਆ? ਹਾਂ ਇੱਥੇ ਜਿਓ ਜਾਣਾ ਤੁਸੀਂ, ਉਧਰ ਮੋਟਰ ਤੇ ਰਹਿੰਦੇ ਹੋ ਨਾ, ਹਾਂ ਮਿਲ ਕੇ ਜਾਇਓ ਸਾਰੇ ਜਾਣੇ, ਅਜੇ ਤਾਂ ਜੀਰੀ ਦਾ ਕੰਮ ਹੋਇਆ ਨਾ, ਸਾਰੇ ਜਣੇ ਮਿਲ ਕੇ ਜਾਈਏ। ਹਾਂ ਹਾਂ।
ਮਿਲ ਕੇ ਜਾਇਓ ਮੈਨੂੰ ਜਦੋਂ ਜਾਣਾ ਆ। ਸਾਰੇ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਓ ਵੀ ਆਹ ਦੇਖੋ ਅਸੀਂ ਯੂਟਿਊਬ ਤੇ ਆ ਗਏ, ਤੁਹਾਡੀ ਵੀਡੀਓ ਬਣ ਗਿਆ। ਲੰਬੜਦਾਰ ਕੁੱਟਤਾ ਇਹ ਲਾਉਂਦਾ ਨੀ ਜੀਰੀ, ਆਹਾ ਇਹ ਲੰਬੜਦਾਰ, ਇਹਨਾਂ ਦਾ ਇਹ ਸਾਰਿਆਂ ਲੰਬੜਦਾਰ ਹੈ। ਆ ਦੂਸਰੇ ਆ ਗਿਆ, ਹਾਂ ਤੂੰ ਤਾਂ ਰਿਸ਼ਵਤ ਮੰਗਦਾ ਹੈ ਮੇਰੇ ਸੇ, ਬੋਲਾ ਮੇਰੇ ਕੋ ਤੋ 20 ਰੁਪਏ ਦਿਓ ਤਵੀ ਜਾਮਨ ਤੋੜੂੰਗਾ। ਬਰਗਰ ਤਵੀ ਡਾਂਸ ਕਰਤਾ ਹੈ, ਬਰਗਰ ਖਾਣੇ ਕੋ ਚਾਹ ਪੀ ਲਓ ਬਾਅਦ ਮੈਂ ਡਾਂਸ ਕਰਨਾ। ਇਹ ਸਾਰੇ ਜਿਹੜੇ ਚਾਹ ਪੀ ਲਓ ਫਿਰ, ਚਲੋ ਮੇਰੇ ਨਾਲ ਕੰਮ ਕਰਾਓ। ਕੀ ਕੰਮ ਕਰਨਾ? ਝਾੜੂ ਪੋਚਾ ਸਾਰਾ ਕੰਮ ਕਰ ਦੇਣਾ। ਫੇਰ ਮੰਗਾ ਕੇ ਦੇਵਾਂਗੇ ਤੈਨੂੰ, ਹੋਰ ਬਣਾਉਣੇ ਆ ਫਿਰ ਭਾਸ਼ਾ ਸਮਝ ਦੁਬਾਰਾ ਗਾਓ ਨਾ ਅੱਛੇ ਸੀ, ਗਾ ਦੇ ਅੱਛੇ ਸੀ, ਗਾ ਉੱਚੀ ਯਾਦ ਤੋਰ ਸਤਾਵਾ ਹੋ ਗੇ ਸੋਨਾਵਾ ਆਗੇ ਫੋਨਵਾ ਬੰਦ ਤੋਰ ਬਤਾਵਾ ਹੋ ਸੋਨਾਵਾ ਆਗੇ। ਤੇ ਲਓ ਜੀ ਇਹਨਾਂ ਨੇ ਇੱਥੇ ਆਪਣੇ ਗਾਣੇ ਲਾ ਕੇ, ਭੋਜਪੁਰੀ ਗਾਣੇ ਲਾ ਕੇ ਨਾ ਡਾਂਸ ਕਰਿਆ ਸੀ, ਅਤੇ ਆਪਾਂ ਕਾਪੀਰੇਟ ਆ ਜਾਊਗਾ ਅਤੇ ਨਾਲੇ ਫਿਰ ਆਪਾਂ ਨੂੰ ਤੁਹਾਨੂੰ ਸਮਝ ਤਾਂ ਆਉਣੀ ਨਹੀਂ ਹੈਗੀ, ਹੈ ਨਾ। ਭੋਜਪੁਰੀ ਕਿਸੇ ਨੂੰ ਗਾਣੇ ਮੈਨੂੰ ਨਹੀਂ ਸਮਝ ਆਏ ਹੈਗੇ ਵੀ ਕੀ ਕਹਿੰਦੇ ਆ ਕੀ ਨਹੀਂ ਗਾਉਂਦੇ, ਅਤੇ ਤਾਂ ਕਰਕੇ ਆਪਾਂ ਨੇ ਨਾਲੇ ਫਿਰ ਆਪਾਂ ਨੂੰ ਕਾਪੀਰੇਟ ਆ ਜਾਂਦਾ, ਅਤੇ ਆਪਾਂ ਮਿਊਟ ਕਰਤੀ। ਅਤੇ ਇਹਨਾਂ ਦਾ ਡਾਂਸ ਜਿਹੜਾ ਮੈਂ ਬਹੁਤ ਇੰਜੋਏ ਕੀਤਾ, ਤੁਸੀਂ ਵੀ ਇੰਜੋਏ ਕਰੋ, ਹੈ ਨਾ। ਅਤੇ ਮਨ ਨੂੰ ਖੁਸ਼ੀ ਮਿਲਦੀ ਆ ਜਦੋਂ ਕੋਈ ਇੰਨਾ ਪਿਆਰ ਕਰਦਾ। ਇਹਨਾਂ ਨੇ ਮੈਨੂੰ ਸਪੈਸ਼ਲ ਸੁਨੇਹਾ ਦੇ ਕੇ ਬੁਲਾਇਆ ਸੀ ਵੀ ਸਾਡੀ ਵੀਡੀਓ ਬਣਾਓ, ਔਰ ਡਾਂਸ ਕਰਨਾ ਆ, ਅਸੀਂ ਡਾਂਸ ਕਰਦੇ ਹੋਏ ਵੀਡੀਓ ਬਣਾਇਓ ਸਾਡੀ। ਅਤੇ ਜਿਹੜੇ ਆਹ ਰੈੱਡ ਸੂਟ ਵਾਲੇ ਦੀਦੀ ਨੇ, ਇਹ ਤਾਂ ਬਹੁਤ ਹੀ ਨਾ ਡਾਂਸ ਕਰਦੇ ਨੇ, ਬਿਲਕੁਲ ਨਹੀਂ ਥੱਕੇ ਹੈਗੇ, ਨਾ ਇਹ ਇੱਕਣ ਨਾ ਸੰਗਦੇ ਆ, ਬਹੁਤ ਵਧੀਆ। ਹਾਲੇ ਦੂਜੇ ਤਾਂ ਦੋਨੋਂ ਸੰਗਦੀਆਂ ਸੀਗੀਆਂ,
ਤੇ ਇਹ ਨਹੀਂ ਸੰਗੀਆਂ ਹੈਗੀਆਂ। ਬਹੁਤ ਸੋਹਣਾ ਵਧੀਆ ਡਾਂਸ ਕੀਤਾ ਇਹਨਾਂ ਤਿੰਨਾਂ ਜਾਣੀਆਂ ਨੇ, ਅਤੇ ਦੂਜੀ ਆਡੀਅੰਸ ਬੈਠੀ ਦੇਖਦੀ ਸੀ, ਮੈਂ ਉਹਨਾਂ ਨੂੰ ਹੱਸਦੀ ਸੀ, ਮੈਂ ਤੁਸੀਂ ਵੀ ਡਾਂਸ ਕਰ ਲਓ। ਉਹ ਕਹਿੰਦੇ ਨਹੀਂ ਸਾਨੂੰ ਆਉਂਦਾ ਨਹੀਂ ਹੈਗਾ। ਮੈਂ ਉਹਨਾਂ ਨੂੰ ਕਹਿ ਰਹੀ ਸੀ ਵੀ ਤੁਹਾਨੂੰ ਕਿਹੜਾ ਇੱਥੇ ਵੀ ਇਕੱਲੇ ਇਕੱਲੇ ਨੂੰ ਨੰਬਰ ਦੇਣੇ ਆ, ਵੀ ਸਾਰਿਆਂ ਨੂੰ ਇੱਕ ਬਰਾਬਰ ਨੰਬਰ ਦੇਵਾਂਗੇ, ਵੀ ਤੁਸੀਂ ਵੀ ਆ ਜਾਓ, ਹੈ ਨਾ ਜਿੱਦਾਂ ਦਾ ਆਉਂਦਾ ਉੱਦਾਂ ਹੀ ਡਾਂਸ ਕਰ ਲਓ। ਪਰ ਹੈ ਨਾ ਨਹੀਂ, ਉਹ ਆਈਆਂ ਨਹੀਂ, ਉਹਨਾਂ ਨੇ ਗੱਲ ਨਹੀਂ ਮੰਨੀ ਹੈਗੀ, ਬੈਠ ਕੇ ਦੇਖੀ ਗਈਆਂ। ਅਤੇ ਬਹੁਤ ਵਧੀਆ ਲੱਗਿਆ, ਬਹੁਤ ਇੰਜੋਏ ਕੀਤਾ, ਹੈ ਨਾ। ਕਿੰਨਾ ਵਧੀਆ ਲੱਗਦਾ ਜਦੋਂ ਆਪਾਂ ਨੂੰ ਕੋਈ ਇੰਨੇ ਪਿਆਰ ਨਾਲ ਬੁਲਾਉਂਦਾ ਆ, ਹੈ ਨਾ। ਅਤੇ ਇਹਨਾਂ ਨੂੰ ਵੀ ਸੀਗਾ, ਹੈ ਨਾ, ਜਿੱਦਾਂ ਬਈ ਅਸੀਂ ਉੱਥੇ ਕਹਿੰਦੇ ਅਸੀਂ ਵੀ ਰੋਜ਼ ਯਾਦ ਕਰਦੇ ਹਾਂ ਵੀ ਵੀਡੀਓ ਵਾਲੀ ਦੀਦੀ ਕੇ ਪਾਸ ਜਾਣਾ ਹੈ, ਵੀਡੀਓ ਬਣਾਏਂਗੇ, ਹਮ ਨਾਚੇਂਗੇ ਜੂਮੇਂਗੇ। ਅਤੇ ਅੱਜ ਪੂਰਾ ਮਨ ਬਣਾ ਕੇ ਆਈਆਂ ਹੋਈਆਂ ਸੀ ਆਪਦਾ। ਇਹਨਾਂ ਨੇ ਜਿਹੜੇ ਇਹਨਾਂ ਦੇ, ਮੈਨੂੰ ਨਹੀਂ ਪਤਾ ਵੀ ਉਹ ਇਹਨਾਂ ਦੇ ਹਸਬੈਂਡ ਨੇ, ਹੈ ਨਾ, ਹੋਣਗੇ ਹਸਬੈਂਡ ਹੀ ਹੋਣੇ ਆ, ਦੋ ਕਨੀ ਤਿੰਨ ਇਹਨਾਂ ਦੇ ਨਾਲ ਹੈਗੇ ਨੇ ਬੰਦੇ, ਅਤੇ ਉਹ ਹੋਣਗੇ। ਇਹ ਮੇਰੇ ਖਿਆਲ ਨਾਲ ਆਹ ਜਿਹੜੀ ਇੱਧਰਲੇ ਸਾਈਡ ਹੱਸਦੀ ਹੈ ਨਾ ਪੀਲੀ ਸਾੜੀ ਵਾਲੀ, ਉਹਦੇ ਹਸਬੈਂਡ ਆ। ਅਤੇ ਉਹ ਬਹੁਤ ਕਹਿੰਦੇ ਸੀਗੇ ਇਹਨਾਂ ਨੂੰ ਵੀ ਡਾਂਸ ਕਰਨਾ, ਇਹਨਾਂ ਨੇ ਕਹਿ ਕੇ ਆਈਆਂ ਸੀਗੀਆਂ ਵੀ ਅਸੀਂ ਡਾਂਸ ਕਰਨਾ ਅਤੇ ਵੀਡੀਓ ਬਣਾਉਣੀ ਆ, ਉਹ ਕਹਿ ਕੇ ਉਹ ਚਲੇ ਗਏ ਸੀਗੇ। ਇਹਨਾਂ ਦੇ ਹਸਬੈਂਡ ਵੀ ਚਲੇ ਗਏ, ਅਤੇ ਆਪਾਂ ਆਪਣੇ ਵਾਲੇ ਨੂੰ ਵੀ ਘਰ ਭੇਜਤਾ ਹੈ, ਕਹਿੰਦੇ ਦੀਦੀ ਭਾਅ ਜੀ ਨੂੰ ਘਰ ਭੇਜ ਦਿਓ, ਸੰਗ ਲੱਗਦੀ ਆ, ਮੈਂ ਇਹਨਾਂ ਨੂੰ ਘਰ ਭੇਜਤਾ, ਮੈਂ ਤੁਸੀਂ ਜਾਓ। ਫਿਰ ਅਸੀਂ ਬਸ ਇੱਥੇ ਲੇਡੀਜ਼ ਸੀਗੀਆਂ, ਅਸੀਂ ਇਹਨਾਂ ਨੇ ਖੂਬ ਮਸਤੀ ਕਰੀ, ਅਤੇ ਮੈਂ ਇਹਨਾਂ ਦੀ ਵੀਡੀਓ ਬਣਾਈ, ਤੁਸੀਂ ਵੀ ਇੰਜੋਏ ਕਰੋ ਦੇਖੋ। ਅਤੇ ਗਾਣੇ ਦੀ ਜੇ ਆਪਾਂ ਆਵਾਜ਼ ਰੱਖਦੇ ਫਿਰ, ਹੈ ਨਾ, ਕਾਪੀਰੇਟ ਆ ਜਾਂਦਾ, ਫਿਰ ਨਾ ਆਪਾਂ ਨੂੰ ਫਾਇਦਾ ਹੋਣਾ ਸੀ ਕੁਛ, ਫਿਰ ਚੈਨਲ 'ਤੇ ਵੀ, ਹੈ ਨਾ, ਕਾਪੀਰੇਟ ਦਾ ਬਹੁਤ ਭੈੜਾ ਅਸਰ ਪੈਂਦਾ ਆ। ਅਤੇ ਯੂਟਿਊਬ ਇੱਦਾਂ ਚੱਲਦਾ ਨਹੀਂ ਹੈਗਾ ਵੀ ਆਪਾਂ ਕਿਸੇ ਦਾ ਵੀ ਕੰਟੈਂਟ ਚੂਜ਼ ਕਰੀਏ, ਖੁਦ ਦਾ ਕੰਟੈਂਟ ਰੱਖੋ, ਯੂਟਿਊਬ ਇੱਦਾਂ ਕਹਿੰਦਾ ਆ। ਅਤੇ ਚਲੋ ਜੀ, ਆਪਾਂ ਖੁਦ ਦਾ ਹੀ ਰੱਖ ਲਿਆ। ਆਪਾਂ ਇਹ ਬਹੁਤ ਜ਼ਿਆਦਾ ਇੱਥੇ ਮਸਤੀ ਕਰ ਰਹੀਆਂ ਸੀਗੀਆਂ, ਇਹ ਸ਼ਾਇਦ ਇਹ ਦੋਨੋਂ ਸੱਸ ਨੂੰਹ ਨੇ, ਮੈਂ ਇਹਨਾਂ ਨੂੰ ਪੁੱਛਣਾ ਵੀ ਭੁੱਲ ਗਈ, ਕਿਉਂਕਿ ਆਹ ਜਿਹੜਾ ਬੱਚਾ ਖੜਾ ਨਾ, ਉਹ ਕਹਿੰਦੀ ਸੀ ਵੀ ਦਾਦੀ ਦਾ ਡਾਂਸ ਦੇਖੋ, ਇਹ ਸੱਸ ਨੂੰਹ ਨੇ, ਦੇਖ ਲਓ ਇੰਨਾ ਪਿਆਰ ਆ ਇਹਨਾਂ ਦੇ ਵਿੱਚ। ਇੱਥੇ ਆਪਣੇ ਪੰਜਾਬੀ ਸੱਸਾਂ ਉਈ ਕੁੜ ਜਾਂਦੀਆਂ ਨੇ, ਨੂੰਹ ਥੋੜ੍ਹਾ ਜਿਹਾ ਵਿਆਰ ਸ਼ਿੰਗਾਰ ਕਰ ਲਵੇ ਤਾਂ ਕੁੜ ਜਾਂਦੀਆਂ ਨੇ, ਦੇਖ ਲਓ ਇਹਨਾਂ 'ਚ ਕਿੰਨਾ ਪਿਆਰ ਆ। ਮੈਂ ਇਹਨਾਂ ਨੂੰ ਕਿਹਾ ਵੀ ਆ ਵੀ ਜਦੋਂ ਤੁਸੀਂ ਜਾਣਾ ਹੈ ਨਾ, ਮੈਨੂੰ ਮਿਲ ਕੇ ਜਾਇਓ ਇੱਕ ਦਿਨ ਪਹਿਲਾਂ। ਕਹਿੰਦੀਆਂ ਅਸੀਂ ਮਿਲਣ ਆਵਾਂਗੇ ਦੀਦੀ, ਤੁਹਾਨੂੰ ਘਰੇ ਰਹੋ। ਮੈਂ ਕਿਹਾ ਮੈਂ ਘਰੇ ਹੀ ਹੁੰਦੀ ਹਾਂ, ਕਿਤੇ ਨਹੀਂ ਜਾਂਦੀ, ਇੱਥੇ ਰਹੂੰਗੀ, ਵੀ ਤੁਸੀਂ ਜ਼ਰੂਰ ਆਏ ਸਾਰੇ ਜਾਣੀ, ਆਪਾਂ ਬੈਠਾਂਗੇ, ਚਾਹ ਪਾਣੀ ਪੀਵਾਂਗੇ, ਗੱਲਾਂ ਬਾਤਾਂ ਮਾਰਾਂਗੇ। ਅਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ, ਮੈਂ ਕਹਿੰਦੀ ਸੀਗੀ ਵੀ ਮੇਰਾ ਘਰੇ ਤਾਂ ਮੇਰਾ ਸਿਰ ਜਿਹਾ ਦੁੱਖਦਾ ਸੀ, ਵੀ ਇੱਥੇ ਤੁਹਾਡੇ ਕੋਲ ਆ ਕੇ ਮੈਨੂੰ ਵਧੀਆ ਲੱਗਿਆ, ਅਤੇ ਨਾਲ ਬਾਹਰ ਹਵਾ ਵੀ ਚੱਲਦੀ ਸੀ ਵਧੀਆ, ਮੌਸਮ ਵੀ ਬਹੁਤ ਵਧੀਆ ਸੀਗਾ, ਅਤੇ ਇਹ ਵੀ ਡਾਂਸ ਵਧੀਆ ਕਰੀ ਜਾਂਦੀਆਂ ਸੀਗੀਆਂ। ਅਤੇ ਉਮੀਦ ਆ ਤੁਹਾਨੂੰ ਵੀ ਇਹਨਾਂ ਦਾ ਡਾਂਸ ਵਧੀਆ ਲੱਗੂਗਾ। ਪਲੀਜ਼ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਠੀਕ ਹੈ ਜੀ, ਇੱਦਾਂ ਮਨ ਨੂੰ ਖੁਸ਼ੀ ਮਿਲਦੀ ਹੈ। ਅਤੇ ਚਲੋ ਜੀ, ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਵਧੀਆ ਲੱਗੀ ਤਾਂ ਪਲੀਜ਼ ਇੱਕ ਵਾਰੀ ਫਿਰ ਤੋਂ ਕਹਿੰਦੇ ਹਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ, ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ। ਅਤੇ ਤੁਸੀਂ ਵੀ ਇੱਦਾਂ ਇੰਜੋਏ ਕਰ ਲਿਆ ਕਰੋ ਆਪਣੇ ਨੇੜੇ ਤੇੜੇ ਜੋ ਵੀ ਤੁਹਾਡੇ ਕੋਲ ਫਰੈਂਡ ਹੁੰਦੇ ਆ, ਹੈ ਨਾ। ਅਤੇ ਵਧੀਆ ਲੱਗਦਾ ਆ, ਮੈਂ ਵੀ ਇੰਜੋਏ ਕੀਤਾ, ਬਹੁਤ ਇੰਜੋਏ ਕੀਤਾ, ਇਹਨਾਂ ਨੇ ਵੀ ਬਹੁਤ ਇੰਜੋਏ ਕੀਤਾ। ਅਤੇ ਚਲੋ ਜੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।